ਸੂਬੇ ਭਰ ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ। ਅਜਿਹੇ ਅਨਸਰ ਘਰ ਦੁਕਾਨ ਜਾਂ ਫਿਰ ਬਜ਼ੁਰਗ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦੇ ਨੇ। ਅਜਿਹਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਜਲੰਧਰ ਤੋਂ, ਜਿੱਥੇ ਕਿ ਨੂਰਪੁਰ ਇਲਾਕੇ ਵਿੱਚ ਇੰਜੀਨੀਅਰਿੰਗ ਕੰਪਨੀ ਵਿੱਚ ਰੱਖੇ ਆਰਮੀ ਵੱਲੋਂ ਬਣਾਏ ਗਏ ਪਿਕਟ ਐਂਗਲ ਚੋਰੀ ਕੀਤੇ ਗਏ ਨੇ। ਚੋਰੀ ਕਰ ਰਹੇ ਦੋਸ਼ੀ ਨੂੰ ਕੰਪਨੀ ਦੇ ਕਰਮਚਾਰੀਆਂ ਵੱਲੋਂ ਕਾਬੂ ਕਰ ਲਿਆ ਗਿਆ। ਮੁਲਜ਼ਮ ਪਿਛਲੇ 4 ਮਹੀਨਿਆਂ ਤੋਂ ਫੈਕਟਰੀ ਵਿੱਚ ਰੱਖਿਆ ਸਮਾਨ ਚੋਰੀ ਕਰ ਰਿਹਾ ਸੀ, ਜਿਸ ਬਾਰੇ ਸਮੇਂ ਸਮੇਂ ਤੇ ਥਾਣਾ ਮਕਸੂਦਾਂ ਅਤੇ DSP ਕਰਤਾਰਪੁਰ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸਨ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਮੰਨਿਆ ਹੈ ਕਿ ਉਹ ਚੋਰੀ ਕੀਤਾ ਸਮਾਨ ਵੱਖ ਵੱਖ ਕਬਾੜੀਆਂ ਨੂੰ ਵੇਚਦਾ ਸੀ। ਹਾਲਾਂਕਿ ਜਿਸ ਫੈਕਟਰੀ ਵਿੱਚ ਆਰਮੀ ਦੇ ਪਿਕਟ ਐਂਗਲ ਰੱਖੇ ਹੋਏ ਸਨ ਉਸ ਤੇ ਲੋਨ ਹੋਣ ਕਾਰਨ ਬੈਂਕ ਨੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸੀਲ ਕੀਤਾ ਹੋਇਆ ਸੀ। ਜਿਸ ਸਮੇਂ ਬੈਂਕ ਨੇ ਫੈਕਟਰੀ ਨੂੰ ਸੀਲ ਕੀਤਾ ਸੀ ਤਾਂ ਆਰਮੀ ਵੱਲੋਂ ਬਣਵਾਏ ਗਏ ਪਿਕਟ ਐਂਗਲ ਅੰਦਰ ਹੀ ਛੱਡ ਦਿੱਤੇ ਗਏ ਸਨ। ਫੈਕਟਰੀ ਦੀ ਹੁਣ ਦੇਖ ਰੇਖ ਬੈਂਕ ਦੇ ਹਵਾਲੇ ਸੀ। ਇਸ ਦਾ ਫਾਇਦਾ ਚੁੱਕਦਿਆਂ ਚੋਰ ਉੱਥੋਂ ਐਂਗਲ, ਪੱਖੇ, ਅਲਮਾਰੀਆਂ ਅਤੇ ਬਿਜਲੀ ਦੀਆਂ ਤਾਰਾਂ ਤੱਕ ਚੋਰੀ ਕਰ ਰਹੇ ਸਨ। ਜਲੰਧਰ ਇੰਜੀਨੀਅਰਿੰਗ ਕੰਪਨੀ ਦੇ ਮਾਲਕ ਰੋਹਿਤ ਸੋਬਤੀ ਨੇ, ਜਿਹੜੇ ਲੁਧਿਆਣਾ ਵਿੱਚ ਰਹਿੰਦੇ ਨੇ, ਕੰਪਨੀ ਦੀ ਦੇਖ ਰੇਖ ਰਜਿੰਦਰ ਸ਼੍ਰੀਵਾਸਤਵ ਨਿਵਾਸੀ ਕਾਲੀਆ ਕਲੋਨੀ ਕਰਦੇ ਸਨ। ਉਹਨਾਂ ਦੱਸਿਆ ਕਿ ਡਿਫੈਂਸ ਮਹਿਕਮੇ ਨੇ ਉਹਨਾਂ ਦੀ ਫਰਮ ਕੋਲੋਂ ਕੌਮਾਂਤਰੀ ਸਰਹੱਦੀ ਇਲਾਕੇ ਵਿੱਚ ਲੱਗਣ ਵਾਲੇ ਪਿਕਟ ਐਂਗਲ ਬਣਵਾਏ ਸਨ, ਜਿਨ੍ਹਾਂ ਵਿੱਚੋਂ 85,000 ਐਂਗਲ ਫੈਕਟਰੀ ਪਏ ਹੋਏ ਸਨ ਜਿਹੜੇ ਡਿਲੀਵਰ ਹੋਣੇ ਸਨ। ਰਜਿੰਦਰ ਨੇ ਅੱਗੇ ਦੱਸਿਆ ਕਿ ਇਹਨਾਂ ਦੀ ਕੀਮਤ ਕਰੋੜਾਂ ਵਿੱਚ ਹੈ। ਇਹ ਮਾਲ ਦਸੰਬਰ 2017 ਵਿੱਚ ਤਿਆਰ ਕਰਕੇ ਫੈਕਟਰੀ ਵਿੱਚ ਰੱਖਿਆ ਗਿਆ ਸੀ। ਫੈਕਟਰੀ 2007 ਤੋਂ ਰੋਹਿਤ ਸੋਬਤੀ ਕੋਲ ਕਿਰਾਏ 'ਤੇ ਸੀ। ਉਹਨਾਂ ਦੱਸਿਆ ਕਿ ਫੈਕਟਰੀ ਦੇ ਮਾਲਕ ਨੇ ਫੈਕਟਰੀ 'ਤੇ ਲਿਆ ਲੋਨ ਬੈਂਕ ਨੂੰ ਨਹੀਂ ਚੁਕਾਇਆ ਸੀ, ਜਿਸ ਕਾਰਨ 24 ਜਨਵਰੀ 2018 ਨੂੰ ਆਂਧਰਾ ਬੈਂਕ ਨੇ ਫੈਕਟਰੀ ਸੀਲ ਕਰ ਦਿੱਤੀ, ਜਦਕਿ ਉਹਨਾਂ ਨੂੰ ਪਿਕਟ ਐਂਗਲ ਚੁਕਵਾਉਣ ਦਾ ਵੀ ਸਮਾਂ ਨਹੀਂ ਦਿੱਤਾ ਗਿਆ। ਰਜਿੰਦਰ ਨੇ ਕਿਹਾ ਕਿ ਫੈਕਟਰੀ ਦੇ ਆਲੇ ਦੁਆਲੇ ਵੀ ਕਮਰੇ ਬਣੇ ਹੋਏ ਨੇ ਜਿੱਥੇ ਚੋਰਾਂ ਨੇ ਪਹਿਲੀ ਚੋਰੀ 25 ਜੂਨ 2021 ਨੂੰ ਕੀਤੀ ਸੀ। ਚੋਰਾਂ ਨੇ ਪਹਿਲਾਂ ਕਮਰਿਆਂ ਵਿੱਚੋਂ ਪੱਖੇ, ਫਿੱਟ ਕੀਤੀਆਂ ਤਾਰਾਂ, ਅਲਮਾਰੀ ਅਤੇ ਦਰਵਾਜ਼ੇ ਤੱਕ ਚੋਰੀ ਕਰ ਲਏ, ਫਿਰ ਉਹਨਾਂ ਐਂਗਲ ਚੋਰੀ ਕਰਨੇ ਸ਼ੁਰੂ ਕਰ ਦਿੱਤੇ। ਫੈਕਟਰੀ ਨੂੰ ਆਰਮੀ ਦਾ ਸਮਾਨ ਰੱਖਣ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ, ਜਿਸ ਕਾਰਨ ਡਿਫੈਂਸ ਡਿਪਾਰਟਮੈਂਟ ਦਾ ਸਮਾਨ ਚੋਰੀ ਹੋਣਾ ਕਾਫੀ ਗੰਭੀਰ ਮਾਮਲਾ ਬਣਦਾ ਸੀ। ਚੋਰੀ ਹੋਣ ਦੀ ਸੂਚਨਾ ਮਕਸੂਦਾ ਥਾਣੇ ਦੀ ਪੁਲਿਸ ਨੂੰ ਦਿੱਤੀ ਗਈ, ਪਰ ਜਾਣਕਾਰੀ ਅਨੁਸਾਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਰਜਿੰਦਰ ਨੇ ਦੱਸਿਆ ਕਿ ਉਹਨਾਂ ਚੋਰਾਂ ਵੱਲੋਂ ਤੋੜੀ ਖਿੜਕੀ ਵੈਲਡਿੰਗ ਕਰਵਾ ਕੇ ਬੰਦ ਕਰ ਦਿੱਤੀ ਸੀ। ਦੋਸ਼ ਇਹ ਵੀ ਹੈ ਕਿ 2 ਦਿਨ ਪਹਿਲਾਂ ਵੀ ਫੈਕਟਰੀ ਵਿੱਚੋਂ ਐਂਗਲ ਚੋਰੀ ਕਰਕੇ ਭੱਜਦੇ ਹੋਏ ਚੋਰਾਂ ਨੂੰ ਲੇਬਰ ਦੇ ਲੋਕਾਂ ਨੇ ਦੇਖਿਆ ਸੀ, ਪਰ ਉਦੋਂ ਚੋਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਸਨ। ਉਸਦੇ ਬਾਅਦ ਕੰਪਨੀ ਦੇ ਕਰਮਚਾਰੀਆਂ ਨੇ ਫੈਕਟਰੀ 'ਤੇ ਅੱਖ ਰੱਖੀ ਸੀ ਅਤੇ ਉੱਥੇ ਹੀ ਸ਼ਨੀਵਾਰ ਸਵੇਰੇ ਲਗਭਗ 9 ਵਜੇ ਜਦੋਂ ਕੰਪਨੀ ਦੇ ਕਰਮਚਾਰੀ ਕੰਮ 'ਤੇ ਆ ਰਹੇ ਸਨ ਤਾਂ ਉਹਨਾਂ ਵੇਖਿਆ ਕਿ ਇੱਕ ਨੌਜਵਾਨ ਫੈਕਟਰੀ ਦੇ ਬਾਹਰ ਖੜ੍ਹਾ ਹੋ ਕੇ ਐਂਗਲ ਫੜ ਰਿਹਾ ਸੀ, ਜਦੋਂ ਕਿ ਉਸਦਾ ਦੂਸਰਾ ਸਾਥੀ ਅੰਦਰੋਂ ਐਂਗਲ ਫੜਾ ਰਿਹਾ ਸੀ। ਕਰਮਚਾਰੀਆਂ ਨੇ ਉਕਤ ਚੋਰ ਨੂੰ ਕਾਬੂ ਕਰ ਲਿਆ, ਜਦੋਂ ਕਿ ਫੈਕਟਰੀ ਦੇ ਅੰਦਰ ਬੈਠਾ ਚੋਰ ਭੱਜਣ ਵਿੱਚ ਕਾਮਯਾਬ ਹੋ ਗਿਆ। ਕਾਬੂ ਚੋਰ ਨੇ ਮੰਨਿਆ ਹੈ ਕਿ ਉਹ ਪਹਿਲਾਂ ਵੀ ਇਸ ਫੈਕਟਰੀ ਵਿੱਚੋਂ ਸਮਾਨ ਕੱਢ ਕੇ ਰਜੇਸ਼ ਨਾਮ ਦੇ ਕਬਾੜੀਏ ਨੂੰ ਵੇਚ ਚੁੱਕਾ ਹੈ, ਜਦੋਂ ਕਿ ਦੂਜਾ ਕਬਾੜੀਆ ਇੰਡਸਟਰੀਅਲ ਅਸਟੇਟ ਦਾ। ਚੋਰ ਨੂੰ ਕਾਬੂ ਕਰਨ ਤੋਂ ਬਾਅਦ ਇਸ ਸੰਬੰਧੀ ਥਾਣਾ ਮਕਸੂਦਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਚੋਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਿਸ ਬਾਰੇ ਥਾਣਾ ਮਕਸੂਦਾ ਦੇ ਇੰਚਾਰਜ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਉਸ ਖਿਲਾਫ਼ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। SHO ਮਨਜੀਤ ਸਿੰਘ ਨੇ ਕਿਹਾ ਕਿ ਜਿਹੜੇ ਜਿਹੜੇ ਕਬਾੜੀਆਂ ਦੇ ਨਾਮ ਇਸ ਮਾਮਲੇ ਵਿੱਚ ਸਾਹਮਣੇ ਆਏ ਨੇ ਉਹਨਾਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਲੰਧਰ ਤੋਂ PBC ਨਿਊਜ਼ ਲਈ ਬਿਊਰੋ ਰਿਪੋਰਟ।